ਪ੍ਰਾਈਵੇਟ ਵਾਲੇ ਸਿਰਫ ਪੈਸੇ ਕਲੁੱਟਣ ਵਾਲੀ ਸੰਸਥਾਵਾਂ ਬਣ ਚੁੱਕੇ ਨੇ ਸਰਕਾਰੀ ਸਕੂਲਾਂ ਅਸਲੀ ਵਿੱਦਿਆ ਦੇ ਕੇਂਦਰ ਬਣ ਚੁੱਕੇ ਪਰ ਇਹ ਗੱਲ ਕਹੀ ਜਾਂਦੀ ਹੈ ਕਹਿੰਦੇ ਕਿ ਕਲੈਰੀਕਲ ਸਟਾਫ ਦੀ ਸ਼ਾਰਟੇਜ ਕਰਕੇ ਟੀਚਰਾਂ ਤੇ ਤਾਂ ਕੰਮ ਦਾ ਹੀ ਪ੍ਰੈਸ਼ਰ ਬਹੁਤ ਹੈ ਡਿਊਟੀਆਂ ਬੜੀਆਂ ਲੱਗਦੀਆਂ ਮੈਂ ਕਹਿ ਰਿਹਾ ਸਾਰਾ ਕੁਝ ਹੋਣ ਦੇ ਬਾਵਜੂਦ ਦੇ ਦੇ ਆ ਗਿਵਿੰਗ देयर ਬੈਸਟ ਇਹ ਸਾਰਾ ਇਹ ਸਾਰੀ ਚੁਣੌਤੀਆਂ ਹੋਣ ਦੇ ਬਾਵਜੂਦ ਪਰ ਇਹ ਤਸਵੀਰ ਕਦੀ ਕਿਸੇ ਨੇ ਦਿਖਾਈ ਨਹੀਂ ਜੇ ਟੀਚਰਾਂ ਦੀ ਸ਼ਾਰਟੇਜ ਹੈਗੀ 14000 ਟੀਚਰ ਦਾ ਡਾਟਾ ਆਇਆ ਵੀ ਪ੍ਰਾਈਵੇਟ ਪ੍ਰਾਇਮਰੀ ਸਕੂਲਾਂ ਚ ਘਾਟ ਹੈਗੀ ਆ ਦੈਟ ਇਜ਼ ਅ ਰੋਂਗ ਸਟੋਰੀ ਕਲੈਰੀਕਲ ਸਟਾਫ ਦੀ ਘਾਟ ਨਹੀਂ ਉਹ ਗਲਤ ਸਟੋਰੀ ਹੈ ਜੀ ਤੇ ਉਹ ਹੀ ਤਾਂ ਗੱਲ ਹੈ ਮੈਂ ਦੇਖਿਆ ਬੀਬਾ ਬਾਦਲ ਜੀ ਨੇ ਵੀ ਟਵੀਟ ਕੀਤਾ ਹਾਂ ਉਹ ਗਲਤ ਸਟੋਰੀ ਹੈ ਅੰਕੜੇ ਗਲਤ ਹੈ ਉਹ ਮੈਂ ਇਦਾਂ ਹੀ ਕੁਝ ਯੂਨੀਅਨਾਂ ਚੱਕ ਕੇ ਇਕੱਠਾ ਕਰਕੇ ਕਿਸੇ ਨੂੰ ਵੀ ਨਾ ਵੈਰੀਫਾਈ ਕਰਨਾ ਨਾ ਦੇਖਣਾ ਨਾ ਕੁਝ ਕਰਨਾ ਚੱਕ ਕੇ ਲਾ ਦਿਓ ਜੀ ਮੈਂ ਖੁਦ ਜੀ ਇਟ ਇਸ ਸਟੱਡੀ ਕੀਤੀ ਹੈ ਸਾਡੇ ਕੋਲ ਜਿਹੜੀ ਕੋਲ ਟੀਚਰਸ ਦੀ ਕਾਰਟ ਉਹ ਬੀ ਬਾਏ ਹਰ ਟੀਚਰਸ ਦੀ ਕਾਰਟ ਹੈ ਉਹਦੇ ਵਿੱਚ ਅਸੀਂ ਪ੍ਰਾਇਮਰੀ ਕਾਰਡਰ ਦੇ ਵਿੱਚ ਇਨ ਰਿਚ ਹੈ ਬਲਕਿ ਜਾਨੀ ਸਾਨੂੰ ਜਿਹੜਾ ਹੈ ਜਦੋਂ 9594 ਆਜੂਗੀ ਚਾਰਟ ਪੈਂਟੀ ਕੰਪਲੀਟ ਹੋ ਗਿਆ ਹੈ ਤੇ ਅਗਲਾ ਜਿਹੜਾ ਲੋਟ ਹੈ ਉਮੀਦ ਹੈ ਅਗਰ ਹੁਣ ਉਹਦੇ ਵੀ ਹਾਈ ਕੋਰਟ ਦੇ ਵਿੱਚ ਕੇਸ ਪੈਂਡਿੰਗ ਹੈ ਹਾਈ ਕੋਰਟ ਨੇ ਸਟੇ ਤੇ ਰਿਜ਼ਲਟ ਤੇ ਰੋਕ ਲਈ ਹੋਈ ਹੈ ਪਰ ਅਸੀਂ ਇਹਨੂੰ ਲੜਾਂਗੇ ਆਪਣੇ ਤੱਥ ਰੱਖਾਂਗੇ ਉਹ ਜਦੋਂ ਬੱਚੇ ਆ ਗਏ ਤਾਂ ਮੈਨੂੰ ਲੱਗਦਾ ਸੀ ਸਾਡੀ ਜਿਹੜੀ ਪ੍ਰਾਇਮਰੀ ਵਾਲੀ ਦਿੱਕਤ ਬਿਲਕੁਲ ਠੀਕ ਹੋ ਜਾਊਗੀ ਪ੍ਰੋਬਲਮ ਪ੍ਰਿੰਸੀਪਲਸ ਵਾਲਾ ਕੇਸ ਕਦੀ ਫਾਲੋ ਨਹੀਂ ਕੀਤਾ ਕਿਸੇ ਨੇ ਹਮ 800 ਸਕੂਲ ਪ੍ਰਿੰਸੀਪਲ ਨੂੰ ਇਹ ਵੀ ਕਦੀ ਖਬਰ ਲੱਗ ਜੂਗੀ ਕਿ 800 ਸਕੂਲ ਤਾਂ ਬਿਨਾ ਪ੍ਰਿੰਸੀਪਲਾਂ ਤੋਂ ਨਹੀਂ ਪ੍ਰਿੰਸੀਪਲਾਂ ਦੇ ਉੱਤੇ ਨਵੀਂ ਭਰਤੀ ਤੇ ਰੋਕ ਲੱਗੀ ਹੋਈ ਹੈ ਪ੍ਰੋਮੋਸ਼ਨਾਂ ਤੇ ਨੈਸ਼ਨਲ ਕਮਿਸ਼ਨ ਸ਼ਡਿਊਲ ਕਾਸ ਨੇ ਸਟੇ ਲਾਈ ਹੋਈ ਹੈ ਜੀ ਨਵੀਂ ਭਰਤੀ ਦੇ ਹਾਈ ਕੋਰਟ ਨੇ ਸਟੇ ਲਾਈ ਹੋਈ ਹੈ ਤੇ ਇਹ ਸਾਰੀ ਚੁਣੌਤੀਆਂ ਨੂੰ ਕਰਦੇ ਹੋਏ ਕਰਦੇ ਹੋਏ ਪਰ ਉਹ ਜਿਹਦੇ ਨਾਲ ਪਰਮਾਤਮਾ ਕਾਲਪੁਰਖ ਹੈ ਤੇ ਉਹ ਕਰ ਰਹੇ ਨੇ ਤੇ ਇਸ ਮੈਕਮੇ ਦੇ ਵਿੱਚ ਤਸਵੀਰ ਸਾਨੂੰ ਬਹੁਤ ਜਲਦੀ ਬਦਲ ਤੁਸੀਂ ਪਿੰਡਾਂ ਚ ਸਕੂਲਾਂ ਦਾ ਦੌਰਾ ਸ਼ੁਰੂ ਕੀਤਾ ਸੀ ਬਾਰਡਰ ਬੈਲਟ 'ਚ ਵੀ ਗਏ ਹੋ ਤੁਹਾਡਾ ਰੁਟੀਨ ਰੁਕ ਕਿਉਂ ਗਿਆ ਮੈਂ ਰੁਕ ਨਹੀਂ ਗਿਆ ਜੀ ਮੈਂ ਲਗਾਤਾਰ ਜਾਂਦਾ ਤੇ ਇਦਾਂ ਰਹੂੰਗਾ ਇਹ ਹੁਣ ਮੈਂ ਜੋ ਮਰਜ਼ੀ ਰਵਾਂ ਮੈਂ ਤੁਹਾਨੂੰ ਕਿਹਾ ਮੈਂ ਤੁਹਾਨੂੰ ਸਕੂਲਾਂ 'ਚ ਹੀ ਮਿਲੂੰਗਾ ਰੁਕ ਨਹੀਂ ਗਿਆ ਮੈਂ ਲਗਾਤਾਰ ਜਾ ਰਹੀ ਹਾਂ ਕਿਉਂਕਿ ਐਜ਼ ਅ ਪਾਰਟੀ ਮੈਂ ਕੁਝ ਚਰੰਦਰ ਦੇ ਵਿੱਚ ਵੀ ਮੇਰੀ ਡਿਊਟੀ ਹੈ ਤਾਂ ਉਹ ਵੀ ਨਿਭਾਉਣਾ ਇੱਕ ਪਾਰਟੀ ਦਾ ਸਪਾਹੀ ਹੁੰਦੇ ਨੇ ਬਾਤੇ ਤੇ ਜਿੱਦਾਂ ਹੀ ਇੱਥੋਂ ਫ੍ਰੀ ਹੁੰਦੇ ਦਵਾਰੋਂ ਨੂੰ ਸ਼ੁਰੂ ਕਰਾਂਗੇ ਤੇ ਇੱਕ ਅਸੀਂ ਨਵਾਂ ਕੰਮ ਕਰ ਰਹੇ ਹਾਂ ਇਸ ਵਾਰੀ ਇਸ ਵਾਰੀ ਤੁਹਾਨੂੰ ਸਕੂਲ ਦੀ ਛੁੱਟੀਆਂ 'ਚ ਵੀ ਮੈਂ ਸਕੂਲਾਂ 'ਚ ਮਿਲੂੰਗਾ ਹਾਂ ਚੋ ਕਿਦਾਂ ਹੁੰਦਾ ਕੀ ਸੀਗਾ ਜੀ ਅਸੀਂ ਤਾਂ ਸਮਰ ਕੈਂਪ ਵੀ ਲੈ ਕੇ ਆ ਰਹੇ ਹਾਂ ਪਹਿਲੀ ਵਾਰੀ ਸਰਕਾਰੀ ਸਕੂਲਾਂ ਵਿੱਚ ਸਮਰ ਕੈਂਪ ਲੱਭੂ ਠੀਕ ਹੈ ਜੀ